ਅਸੀਂ ਪੁੱਤਰਾਂ ਦੀ ਉਹ ਇੱਜ਼ਤ ਨਹੀਂ ਕਰਦੇ, ਪੀਰਾਂ ਦੀ ਨਹੀਂ ਕਰਦੇ ਜਿਹੜੀ ਰਸੂਲਾਂ ਨੇ ਬੱਚੀ ਦੀ ਕੀਤੀ। ਅਬੂ ਦਾਊਦ ਜੀ ਦੇਖੋ ਹਜ਼ਰਤ ਫਾਤਿਮਾ ਰਜ਼ੀ ਅੱਲਾਹ ਅਨ੍ਹਾ ਆਪ ਬਾਪ ਆ, ਨਬੀ ਆ, ਵਕਤ ਦੇ ਹੁਕਮਰਾਨ ਆ, ਆਪਣੀ ਜਗ੍ਹਾ ਤੋਂ ਉੱਠ ਕੇ ਖੜੇ ਹੋ ਜਾਂਦੇ, ਅਰਬਾਂ ਦੇ ਦਸਤੂਰ ਦੇ ਮੁਤਾਬਕ ਇੱਥੇ ਮੱਥੇ 'ਤੇ ਬੋਸਾ ਦਿੰਦੇ, ਆਪਣੀ ਜਗ੍ਹਾ 'ਤੇ ਬਿਠਾ ਦਿੰਦੇ। ਅਤੇ ਹਜ਼ਰਤ ਫਾਤਿਮਾ ਕੋਲ ਰਸੂਲ ਆ ਜਾਂਦੇ, ਉਹ ਵੀ ਇੱਦਾਂ ਹੀ ਕਰਦੀਆਂ, ਮੈਂ ਆਪਣੇ ਥਾਂ 'ਤੇ ਉੱਠਣਾ, ਹਜ਼ੂਰ ਨੂੰ ਚੁੰਮਣਾ, ਇੰਨਾ ਇਹਤਰਾਮ ਰੱਬੇ ਇੱਕ ਬੱਚੀ ਆ। ਪਰ ਜਦੋਂ ਰਸੂਲ ਪਾਕ ਨੇ ਲੋਕਾਂ ਨੂੰ ਆਖਿਆ, ਇੱਕ ਦਿਨ ਖੱਤ ਖਿੱਚਿਆ, ਚਾਰ ਲਕੀਰਾਂ ਖਿੱਚੀਆਂ, ਲੋਕਾਂ ਨੇ ਆਖਿਆ ਅੱਲਾਹ ਦੇ ਰਸੂਲ ਕੀ ਆ ਚਾਰ ਲਕੀਰਾਂ? ਫਰਮਾਇਆ ਸੈਯਦਾ ਤੋਂ ਨਿਸਾ ਅਲ ਜੰਨਾ, ਜੰਨਤ ਦੀ ਔਰਤਾਂ ਦੀ ਸਰਦਾਰ ਆ। ਇੱਦਾਂ ਚਾਰ ਜਿਵੇਂ ਮੈਂ ਲਕੀਰਾਂ ਖਿੱਚੀਆਂ ਨਾ, ਚਾਰ ਔਰਤਾਂ ਜਿਹੜੀਆਂ ਜੰਨਤ ਦੀ ਔਰਤਾਂ ਦੀ ਸਰਦਾਰ ਹੈ, ਇੱਕ ਖਦੀਜਾ ਬਿਨਤੇ ਖੁਵੈਲਦਾ ਮੇਰੀ ਬੀਵੀ, ਇੱਕ ਫਾਤਿਮਾ ਹੈ ਬਿਨਤੇ ਮੁਹੰਮਦ, ਔਰ ਇੱਕ ਆਸੀਆ ਜ਼ੌਦਾ ਫਿਰਾਉਨ ਆ, ਔਰ ਇੱਕ ਮਰੀਮ ਬਿਨਤੇ ਇਮਰਾਨ ਹੈ। ਇਹ ਚਾਰ ਜੰਨਤ ਦੀ ਔਰਤਾਂ ਦੀ ਸਰਦਾਰ, ਏਡਾ ਦਰਜਾ ਫਰਮਾਇਆ, ਚਾਰ ਲਕੀਰਾਂ ਖਿੱਚੀਆਂ, ਚਾਰ ਇਹਦੇ ਦਰਜੇ ਨਹੀਂ ਮਾਰ। ਤੇ ਰਸੂਲ ਕਰੀਮ